ਸਾਰਿਆਂ ਸੁਣਨੇ ਵਾਲਿਆਂ ਨੂੰ ਮੇਰੀ ਤਰਫੋਂ ਅਤੇ ਭਾਈ ਯਾਰ ਮੁਹੰਮਦ ਦੀ ਤਰਫੋਂ, ਜ਼ਫਰ ਇਕਬਾਲ ਦੀ ਤਰਫੋਂ, ਭਾਰਾਂ ਦੀ ਤਰਫੋਂ ਅਸਲਾਮੁ ਅਲੈਕਮ। ਇਹ ਜੀ ਬਜ਼ੁਰਗ ਯਾਰ ਮੁਹੰਮਦ ਖਾਨ ਕਾ ਡੋਗਰਾਂ ਦੇ ਕੋਲ ਮੇਲੋ ਆਉਣਾ, ਜ਼ਿਲ੍ਹਾ ਫਜ਼ਾਬਾਦ, ਉੱਥੋਂ ਮਿਲਣ ਵਾਸਤੇ ਆਏ ਨਾ ਕਿ ਫੋਨ 'ਤੇ ਰਾਬਤਾ ਹੁੰਦਾ ਸੀ, ਅਤੇ ਇਹਨਾਂ ਦਾ ਨਾ ਚੂਕੜਾ ਜਿਹੜਾ ਉਹ ਲੈ ਗਏ ਹੈ। ਇਹ ਸਟੈਂਡ ਜਿਹੜਾ ਇਹਦੇ ਆਸਰੇ 'ਤੇ ਨਾਲ ਬੰਦਾ ਹੋਵੇ ਤਾਂ ਥੋੜ੍ਹਾ ਜਿਹਾ ਅੱਗੇ ਪਿੱਛੇ ਹੁੰਦੇ ਨੇ। ਬਾਜਵਾ ਸਾਹਿਬ ਵੇਖੋ ਤੁਸੀਂ, ਇਹਨਾਂ ਦਾ ਇਸ਼ਕ ਵੇਖੋ ਵੀ ਗੱਡੀ ਵਿੱਚ ਵੀ ਬੰਦਾ ਹੀ ਬਣਦਾ ਅਤੇ ਗੱਡੀ ਦੇ ਵਿੱਚੋਂ ਬੰਦਾ ਲਾਂਦਾ ਅਤੇ ਫਿਰ ਸਟੈਂਡ ਦੇ ਨਾਲ ਆਸਤਾ ਆਸਤਾ, ਅਤੇ ਮੈਂ ਨਾ ਵੀ ਆਦ ਨਹੀਂ ਮੁਕਾ ਛੱਡੀ ਇੰਨਾ, ਅਤੇ ਹੁਣ ਅਸੀਂ ਕੋਈ ਵੀਡੀਓ ਥੋੜ੍ਹੀ ਜਿਹੀ ਬਣਾਉਣ ਲਏ ਹਾਂ। ਅੱਗੇ ਫੋਨ ਵਿੱਚ ਜਾਂਦੇ ਹੁੰਦੇ ਨੇ ਵੀ ਸਾਨੂੰ ਕੋਈ ਸ਼ੇਅਰ ਸੁਣਾਓ, ਅਤੇ ਫੋਨ ਵਿੱਚ ਟਾਈਮ ਕੋਈ ਨਹੀਂ ਹੁੰਦਾ, ਫੋਨ ਬੜੇ ਹੁੰਦੇ ਨੇ, ਅਤੇ ਅੱਜ ਫਿਰ ਆਹਮੋ ਸਾਹਮਣੇ ਬਹਿ ਕੇ ਗੱਲਾਂ ਹੋ ਜਾਣ ਦੀਆਂ। ਅਤੇ ਸਰਕਾਰ ਫਰਮਾਉਂਦੇ ਨੇ ਮੈਂ ਝੂੜਾ ਤੂੰ ਸਾਹਿਬ ਮੇਰਾ ਅਤੇ ਮੈਂ ਅਦਨਾ ਤੂੰ ਆਲਾ ਉਹ ਫਜ਼ਲ ਤੇਰੇ ਤੂੰ ਸਦਕੇ ਜਾਵਾਂ ਅਤੇ ਤੂੰ ਹੈ ਮੇਰਾ ਰਖਵਾਲਾ ਇਹ ਦਿਹਾੜੀ ਵੀ ਇੱਕ ਥੋੜ੍ਹੀ ਜਿਹੀ ਫਿਲਮ ਬਣਾਈ ਸੀ, ਮੁੜਾ ਦੱਸਿਆ ਸੀ ਰਾਤ ਕਿਸ਼ ਮੈਨੂੰ ਆਏ ਹੈ, ਅਤੇ ਨਿਊ ਜਰਸੀ ਤੋਂ ਨਿਊਯਾਰਕ ਦੇ ਕੋਲ ਉੱਥੇ ਇੱਕ ਭਾਈ ਮੇਰਾ ਹੁੰਦਾ ਅਬਦੁਲ ਰਹਿਮਾਨ, ਉਹਨਾਂ ਦੇ ਸਾਹਿਬਜ਼ਾਦੇ ਨੇ ਅਜ਼ੀਜ਼ੁਲ ਰਹਿਮਾਨ, ਅਸਦੁਲ ਰਹਿਮਾਨ, ਅਮੀਨੁਲ ਰਹਿਮਾਨ, ਉਹ ਫੈਮਿਲੀ ਬੜੇ ਸ਼ੌਕ ਨਾਲ ਸੁਣਦੀ ਹੈ। ਇੱਕ ਭਾਈ ਮੇਰਾ ਵਲੈਤ ਹੁੰਦਾ ਮੁਹੰਮਦ ਰਿਆਜ਼, ਅਤੇ ਉਹ ਸਾਰੇ ਸੁਣਦੇ ਨੇ ਇੱਥੇ ਜਿਹੜੇ ਉੱਥੇ ਬਾਕੀ ਬੜੇ ਫੈਨ ਨੇ, ਫਿਰ ਸਾਰਿਆਂ ਦਾ ਨਾਂ ਲਿਆ ਤਾਂ ਫਿਰ ਉਹ ਕੰਮ ਢੇਰ ਹੋ ਜਾਂਦਾ ਨਾ, ਸਾਰੇ ਜੀ ਵੀ ਸੁਣਦੇ ਨੇ। ਅਤੇ ਸਰਕਾਰ ਫਰਮਾਉਂਦੇ ਨੇ ਉਹ ਜੋ ਕਿਸੇ ਦਾ ਆਸ਼ਿਕ ਹੋਵੇ ਅਤੇ ਗੱਲ ਉਸੇ ਦੀ ਉਹ ਕਰਦਾ ਸਾਸੋ ਮਕਰਬਾਨ ਕਰਕੇ ਅਤੇ ਮਰਨੇ ਉਹਦੇ ਹੀ ਮਰਦਾ ਇਹਨੂੰ ਬੰਦ ਕਰਕੇ ਚਾਹ ਲੈ ਜਾ ਨਾ ਜੀ ਚਾਹ ਵੀ ਪੀਣ। ਅਤੇ ਸਰਕਾਰ ਫਰਮਾਉਂਦੇ ਨੇ ਦੁਨੀਆ 'ਤੇ ਉਹ ਜਿਸ ਸੁੱਖ ਨਹੀਂ ਪਾਇਆ ਉਹ ਕਿਉਂ ਆਇਆ ਕਿਵੇਂ ਆਇਆ ਪੁੱਛਿਆ ਵੈਸ ਬਲਾਲ ਦੇ ਕੋਲੋਂ ਓਏ ਉਹਨਾਂ ਕਿਵੇਂ ਯਾਰ ਮਨਾਇਆ ਤੈਨੂੰ ਰੋਵੋ ਅੱਖੀਓ ਉਹ ਡੱਕ ਲੋ ਅਥਰੂ ਤੇ ਕੁਝ ਨਹੀਂ ਬਣਦਾ ਰੋਇਆ ਇਹ ਦੁੱਖ ਬੰਦੇ ਦੇ ਉਹ ਮੁੱਕਦੇ ਨਹੀਂ ਤੇ ਦੁੱਖ ਮੁੱਕਦੇ ਨੇ ਮੋਇਆ ਤੇ ਡਿੱਗਰ ਟੱਲੀ ਆਏ ਸ਼ਾਮਾਂ ਪਈਆਂ ਤੇ ਸਭ ਪੰਛੀ ਘਰਾਂ ਨੂੰ ਆਏ ਉਹ ਨਹੀਂ ਆਏ ਫੇਰ ਮੁਹੰਮਦ ਉਹ ਮੌਤ ਜਿਨ੍ਹਾਂ ਨੂੰ ਲੈ ਜਾਏ ਤੇ ਇੱਕ ਸ਼ੇਰ ਮੇਰੇ ਬੇਟੇ ਆਬਦ ਦਾ ਹੁੰਦਾ ਪਹਿਲਾਂ ਲਾ ਲਾਂ ਜਾਂ ਸੈਂਟਰ ਵਿੱਚ ਲਾ ਲਾਂ ਸਰਕਾਰ ਫਰਮਾਉਂਦੇ ਨੇ ਲੂ ਲੂ ਦੇ ਵਿੱਚ ਤੂੰ ਐ ਤੂੰ ਐ ਤੇ ਦਿਲ ਵੀ ਤੇਰਾ ਖਾਨਾ ਉਹ ਜਿਸ
ਦਿਨ ਦਾ ਤੂੰ ਮਿਲਿਆ ਆਬਦ ਤੇ ਮੈਂ ਕੀਤਾ ਏ ਲੱਖ ਸ਼ੁਕਰਾਨਾ। ਤੇ ਇੱਕ ਮੇਰਾ ਭਾਈਚਾਰਾ ਹੁੰਦਾ ਨਾ ਵਲੈਤ ਰਿਆਜ਼, ਇਹ ਉਹਦੀ ਫਰਮਾਇਸ਼ ਦਾ ਇੱਕ ਸ਼ੇਰ, ਉਹਨੇ ਆਖਿਆ ਵੀ ਇਹ ਮੇਰਾ ਸ਼ੇਰ ਜਿਹੜਾ ਜ਼ਰੂਰ ਬੋਲਣਾ ਕਰਨਾ ਜਿਸ ਵੇਲੇ ਮੀਆਂ ਸਾਹਿਬ ਹੋਰਾਂ ਦਾ ਕਲਾਮ ਪੜ੍ਹੀਏ। ਉਹ ਵੈਸੇ ਹੈ ਵੀ ਇੱਕ ਮੈਸੇਜ ਦੀ ਤਰ੍ਹਾਂ ਨਾ, ਉਹ ਜਿਸ ਘਰ ਵਿੱਚ ਆਵਣ ਜਾਵਣ ਹੋਵੇ ਤੇ ਰਵੀਏ ਵਾਂਗ ਭਰਾਵਾਂ ਹਾਨ ਕਾਬੇ ਵਾਂਗੂ ਤੱਕੀਏ ਤੇ ਰੱਖੀਏ ਸਾਫ ਨਿਗਾਵਾਂ ਤੇ ਸੁਹਨ ਬਲਾ ਜੋ ਦਰਦੂ ਭਰਿਆ ਤੇ ਬਿਨ ਦਰਦੂ ਕੁਝ ਨਹੀਂ ਉਹ ਨੜਾ ਕਮਾਦਾ ਫਰਕ ਰੋਦਾ ਤੇ ਕਿਆ ਕਾਨੇ ਕਿਆ ਕਾਈ ਬੇਵਕੂਫਾਂ ਦੀ ਉਹ ਮਜਲਿਸ ਯਾਰੋ ਤੇ ਜਿਵੇਂ ਦੁਕਾਨ ਲੁਹਾਰਾ ਭਾਵੇਂ ਕਿੰਨਾ ਕੁੰਜ ਕੁੰਜ ਬਵੀਏ ਤੇ ਚਿਣਗਾ ਪੈਣ ਹਜ਼ਾਰਾਂ ਤੇ ਜਿੰਨਾ ਜੋਲ ਆਲ ਸਵੇਲੇ ਤੇ ਉਹ ਆਲੀ ਹੋ ਗਏ ਪੱਕੇ ਚਿਰਕਾ ਉੱਠ ਗਏ ਉਹ ਜੋ ਮੁਹੰਮਦ ਤੇ ਲੋਕ ਤਮਾਸ਼ਾ ਤੱਕੇ ਤੇ ਇੱਕ ਦਿਨ ਕਿਸੇ ਦਾ ਯਾਰ ਪਿਆਰਾ ਤੇ ਉਹਦੀ ਆਦਰ ਪਾ ਨਾ ਹੋਵੇ ਫੇਰ ਉਹ ਮੁੱਖ ਵਿਖਾਂਦਾ ਨਹੀਂ ਤੇ ਯਾਰੀ ਥੀ ਹੱਥ ਧੋਵੇ। ਆ ਜੀ ਰਿਆਜ਼, ਇਹ ਬਜ਼ੁਰਗ ਤੇਰੇ ਆਏ ਨੇ ਮਿਲਣ ਵਾਸਤੇ ਤੇ ਤੂੰ ਵੀ ਵੀਡੀਓ ਵੇਖਦਾ ਹੋਵੇਂਦਾ ਪਿਆ, ਸ਼ਾਇਦ ਵੀ ਵੇਖਦਾ ਹੋਦਾ ਪਿਆ। ਅਤੇ ਮੇਰਾ ਭਾਈ ਜਿਹੜਾ ਵਲੈਤ ਰਹਿੰਦਾ ਨਾ ਰਿਆ, ਉਹਦਾ ਨਾਮ ਹੀ ਰਿਆਜ਼ ਹੈ, ਉਹ ਥੋੜ੍ਹਾ ਜਿਹਾ ਫਿਰ ਨਖੇੜ ਕਰਨਾ ਪਿਆ ਨਾ। ਅਤੇ ਭਾਈ ਜਿਹੜਾ ਮੇਰਾ ਹੁੰਦਾ ਨਾ ਸਾਊਦੀਆ ਹਾਜੀ ਅਫਜ਼ਲ, ਉਹ ਵੀ ਤਾਂ ਮੈਂ ਵੇਖਦਾ ਹੀ ਹੈ ਨਾ ਪਿਆ। ਅਤੇ ਹਾਜੀ ਸਰਕਾਰ ਲਿਖਦੇ ਨੇ, ਉਹ ਪਿਛਲੀ ਰਾਤੀ ਉਹ ਰਹਿਮਤ ਰੱਬ ਦੀ ਤੇ ਕਰੇ ਬੁਲਾਉਂਦੇ ਆਵਾਜ਼ਾਂ ਐ ਕੋਈ ਬਖਸ਼ਿਸ਼ ਮੰਗਣ ਵਾਲਾ ਤੇ ਖੁੱਲ੍ਹਾ ਰਹਿਮਤ ਦਾ ਦਰਵਾਜ਼ਾ ਤੇ ਸਰਕਾਰ ਲਿਖਦੇ ਨੇ, ਉਹ ਜਿਸ ਘਰ ਵਿੱਚ ਤੂੰ ਉਮਰ ਗੁਜ਼ਾਰੀ ਉੱਥੇ ਰਾਤ ਨਹੀਂ ਮਿਲਣਾ ਰਹਿਣਾ ਉਹ ਦੋ ਤਿੰਨ ਦਿਨ ਤੈਨੂੰ ਯਾਦ ਕਰਨ ਦੇ ਉਹ ਫਿਰ ਨਾ ਕਿਸੇ ਨਹੀਂ ਲੈਣਾ। ਇਹ ਦੁਨੀਆਂ ਦਾ ਦਸਤੂਰ ਹੈ, ਇਹ ਦੁਨੀਆਂ ਦਾ ਦਸਤੂਰ ਹੈ, ਬਸ ਦੋ ਚਾਰ ਦਿਨ ਹੀ ਹੁੰਦਾ, ਉਸ ਤੋਂ ਬਾਅਦ ਕੌਣ ਨਾਂ ਲੈਂਦਾ ਪਿਆ। ਬੰਦਾ ਟੁੱਟ ਜਾਂਦਾ, ਸਾਹ ਨਿਕਲ ਜਾਂਦਾ, ਨਾ ਫਿਰ ਖਤਮ ਹੋ ਜਾਂਦਾ, ਖਤਮ ਹੋ ਜਾਂਦਾ, ਨਾ ਹੀ ਕੋਈ ਨਹੀਂ ਰਹਿ ਜਾਂਦਾ। ਆਹ ਤੇ ਸਰਕਾਰ ਲਿਖਦੇ ਨੇ, ਜਾਗ ਸਵੇਲੇ ਕਾਲੀਏ ਕੋਲੇ ਤੇ ਬੋਲ ਗਮਾ ਦੀ ਬੋਲੀ ਨਾ ਵਸ ਤੇਰੇ ਨਾ ਵਸ ਮੇਰੇ ਤੇ ਲਿਖਿਆ ਪੈ ਗਿਆ ਝੋਲੀ ਗਜ਼ਨਫਰ ਅਬਾਸ ਮੰਜ। ਉਹ ਟੁਰ ਗਏ ਨੇ ਦਿਲਦਾਰ ਦਿਲਾਂ ਦੇ ਤੇ ਵਤਨੂ ਚੁੱਕ ਮੁਹਾਰਾਂ ਉਜੜੀ
ਵਸਤੀ ਉਹ ਨਜ਼ਰੀ ਆਵੇ ਤੇ ਕੰਡ ਜਿੱਤੀ ਦਿੱਤੀ ਜਦ ਯਾਰਾਂ ਤੇ ਮਾਲਾ ਕੱਪੜਾ ਉਹ ਸਾਬਣ ਥੋੜਾ ਤੇ ਕਿਚਰਾ ਮਾਲ ਮਾਲ ਧੋਵਾਂ ਦਾਗ ਸੱਜਣ ਦਾ ਸੀਨੇ ਅੰਦਰ ਤੇ ਯਾਦ ਆਵੇ ਤੇ ਰੋਵਾਂ ਤੇ ਸੁੱਕਾ ਬਾਗ ਹੋਇਆ ਮੁੜ ਸਾਵਾ ਤੇ ਆਵੜਿਆ ਵਿੱਚ ਮਾਲੀ ਉਹ ਬਣੇ ਬਣੇ ਚਮਨ ਵਿੱਚ ਰੰਗ ਹਜ਼ਾਰਾਂ ਤੇ ਫੁੱਲ ਕੱਢੇ ਹਰ ਡਾਲੀ ਤੇ ਦੁਨੀਆ ਇੱਕ ਮੁਸਾਫਰ ਖਾਨਾ ਤੇ ਇੱਕ ਆਵੇ ਇੱਕ ਜਾਵੇ ਉਹ ਕਿਸੇ ਦੀ ਕੀ ਹੈ ਮਜਾਲ ਮੁਹੰਮਦ ਇੱਥੇ ਪੱਕੇ ਡੇਰੇ ਲਾਵੇ ਤੇ ਆਸੇ ਆਸੇ ਉਮਰ ਗੁਜ਼ਾਰੀ ਉਹ ਚੱਲੇ ਨੇ ਖਾਰ ਹਜ਼ਾਰਾਂ ਇਹ ਮਾਲੀ ਬਾਗ ਨਹੀਂ ਵੇਖਣ ਦਿੰਦਾ ਤੇ ਆਈਆਂ ਜਦੂ ਬਾਰਾਂ ਤੇ ਗਈ ਜਵਾਨੀ ਉਹ ਵਿੱਚ ਨਦਾਨੀ ਤੇ ਕੁਝ ਨਹੀਂ ਤੇ ਤੂੰ ਬਣਿਆ ਉਹ ਪਿਛਲੀ ਉਮਰੇ ਸਿਰ ਚਿੱਟੇ ਨੂੰ ਤੇ ਦਾਗ ਨਾ ਲਾ ਲਈ ਜਣਿਆ ਤੇ ਸਰਕਾਰ ਲਿਖਦੇ ਨੇ ਲੱਖਾਂ ਬੈਰ ਬੇਰੀ ਨਾਲ ਲੱਗਦੇ ਤੇ ਕੁਝ ਝੜ ਜਾਂਦੇ ਨੇ ਕੱਚੇ ਉਹ ਜਿਹੜੇ ਪੱਕੇ ਰਹਿਣ ਮੁਹੰਮਦ ਤੇ ਉਹ ਵਾਈ ਖਾਂਦੇ ਨੇ ਵੱਟੇ ਤੇ ਬਹੁਤੀ ਖੁਸ਼ੀ ਉਹ ਗਮੀ ਬਰਾਬਰ ਤੇ ਇਸ ਵਿੱਚ ਸ਼ੱਕ ਨਾ ਜਾਣੀ ਉਹ ਸੁੱਕ ਜਾਂਦੇ ਨੇ ਉਹ ਰੁੱਖ ਮੁਹੰਮਦ ਤੇ ਜਿਨ੍ਹਾਂ ਨੂੰ ਬਹੁਤਾ ਪਾਣੀ ਤੇ ਨਾ ਕਰ ਬੰਦਿਆ ਉਹ ਮੇਰੀ ਮੇਰੀ ਤੇ ਨਾ ਮੇਰੀ ਨਾ ਤੇਰੀ ਚਾਰ ਦਿਨਾਂ ਦਾ ਮੇਲਾ ਦੁਨੀਆ ਤੇ ਫੇਰ ਮਿੱਟੀ ਦੀ ਢੇਰੀ ਤੇ ਜਿਨ੍ਹਾਂ ਦੁੱਖਾਂ ਵਿੱਚ ਦਿਲ ਭਰ ਰਾਜ਼ੀ ਓਏ ਉਹਨਾਂ ਤੂੰ ਸੁੱਖ ਵਾਰੇ ਇਹ ਦੁੱਖ ਕਬੂਲ ਮੁਹੰਮਦ ਬਖਸ਼ਾ ਓ ਰਾਜ਼ੀ ਰਹਿਣ ਪਿਆਰੇ ਬੜੇ ਔਖੇ ਰਾਜ਼ੀ ਰਹਿੰਦੇ ਨੇ ਤੇ ਸਰਕਾਰ ਲਿਖਦੇ ਨੇ ਦੁਨੀਆ ਤੇ ਉਹ ਸੁੱਖ ਨਹੀਂ ਪਾਉਂਦਾ ਤੇ ਜਿਹੜਾ ਦੋਂ ਘਰਾਂ ਦਾ ਸਾਂਝਾ ਉਹ ਕੋਈ ਪਾਸਾ ਰੱਖ ਲੈ ਰੇ ਤੇ ਯਾ ਖੇੜੇ ਯਾ ਰਾਂਝਾ ਤੇ ਫਿਰ ਆਖਿਆ ਜਿਹੜੀ ਮਹਿੰਦੀ ਉਹ ਰੰਗ ਨਾ ਦੇਵੇ ਤੇ ਉਸ ਮਹਿੰਦੀ ਦਾ ਕੀ ਲਾਣਾ ਉਹ
ਜਿੱਥੇ ਗਿਆ ਦੀ ਕਦਰ ਨਾ ਹੋਵੇ ਤੇ ਲੈਣ ਉੱਥੇ ਕੀ ਜਾਣਾ ਲੈ ਫਿਰ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਉਹ ਸੀ ਉਹ ਜਿਸ ਦਿਨ ਫੇਰ ਮਿਲਾਂ ਦੇ ਤੇ ਲੈ ਫਿਰ ਯਾਰ ਹਵਾਲੇ ਰੱਬ ਦੇ ਉਹ ਮਿਲ ਲੈ ਜਾਂਦੀ ਵਾਰੀ ਇਸ ਮਿਲਣੇ ਨੂੰ ਫਿਰ ਸਿੱਖਦਾ ਰਹਿਸੇ ਉਹ ਬਹਿ ਕੇ ਉਮਰਾਂ ਸਾਰੀ ਤੇ ਮੈਂ ਸੁਣਿਆ ਪਿਆ ਦੇਸ ਅੰਦਰ ਤੇ ਕੁਝ ਇਹੋ ਜਿਹੀਆਂ ਮਿਲਣੀਆਂ ਯਾਰੀਆਂ ਨੇ ਇੱਕ ਕੋਠੜੀ ਤੈਨੂੰ ਮਿਲਣੀ ਹੈ ਉਹ ਰਹਿਣ ਖਾਤਰ ਤੇ ਜਿਹਦੇ ਨਾ ਬੂਏ ਨਾ ਬਾਰੀਆਂ ਨੇ ਤੇ ਜਿਹੜੇ ਕਹਿੰਦੇ ਸਨ ਮਰਾਂਗੇ ਨਾਲ ਤੇਰੇ ਤੇ ਅੱਜ ਉਹਨਾਂ ਵੀ ਬਾਜ਼ੀਆਂ ਆਰੀਆਂ ਨੇ ਜਿਹੜੇ ਤਰਸਦੇ ਸਨ ਦੀਦ ਨੂੰ ਉਹ ਦਿਨੇ ਰਾਤੀ ਤੇ ਅੱਜ ਉਹਨਾਂ ਵੀ ਬਾਰੀਆਂ ਮਾਰੀਆਂ ਨੇ ਤੇ ਜੰਝ ਅੰਜੂਆਂ ਦੀ ਟੁੱਕੀ ਆਣ ਵੇੜੇ ਜੀ ਤੇ ਅੰਦਰ ਰੂਹ ਦੀਆਂ ਆਉਣ ਉਹ ਤਿਆਰੀਆਂ ਵਾਦਾ ਕੀਤਾ ਸੀ ਯਾਰ ਨੇ ਉਹ ਨਾਲ ਸਾਡੇ ਤੇ ਅਸਾਂ ਖੂਬ ਨਿਭਾਉਣੀਆਂ ਯਾਰੀਆਂ ਨੇ ਤੇ ਜਦ ਬਾਗ ਵਿੱਚ ਖਿਜ਼ਾਂ ਨੇ ਵਾਲ ਖੋਲੇ ਤੇ ਪੰਛੀ ਉੱਡ ਗਏ ਮਾਰ ਉਡਾਰੀਆਂ ਨੇ ਤੇ ਕਿਸੇ ਚੱਲਿਆ ਨਾ ਕੋਈ ਪੇਸ਼ ਚੱਲੀ ਤੇ ਬਾਵਾਂ ਮੌਤ ਨੇ ਜਦੋਂ ਖਲਾਰੀਆਂ ਨੇ ਤੁਰ ਗਏ ਸੁਨੇ ਦੇਸ ਨੂੰ ਉਹ ਚੁੱਪ ਕਰਕੇ ਤੇ ਵਾਜਾਂ ਪਿਆ ਨੇ ਜਦੋਂ ਮਾਰੀਆਂ ਨੇ ਤੇ ਚਿੱਟੀ ਭੈਣ ਪਿਛਾਕ ਸੀ ਝਕਰੂ ਚੱਲੀ ਤੇ ਜਿੱਥੇ ਬੈਠ ਉਮਰਾਂ ਗਜ਼ਾਰੀਆਂ ਨੇ ਰਲ ਮਾਪਿਆਂ ਦੇ ਉਹ ਨਾਲ ਵੀਰ ਰੋਵਣ ਤੇ ਨਾਲੇ ਰੋਣ ਸਹੇਲੀਆਂ ਸਾਰੀਆਂ ਨੇ ਤੇ ਪਹਿਲੀ ਰਾਤ ਪਰਦੇਸ ਦੇ ਵਿੱਚ ਆਈ ਤੇ ਜਦ ਡਿੱਠੀਆਂ ਮੰਜ਼ਲਾਂ ਭਾਰੀਆਂ ਨੇ ਕੁੰਡ ਚੁੱਕ ਕੇ ਪੁੱਛਣਾ ਹੈ ਉਹ ਸਾਈਆਂ ਨੇ ਤੇ ਬੈਠ ਕਿੱਥੇ ਰਾਤਾਂ ਗੁਜ਼ਾਰੀਆਂ ਨੇ ਤੇ ਮਮਦ ਬੂਟਿਆ ਝੂਠਾ ਏ ਜੱਗ ਸਾਰਾ ਤੇ ਮਦੀਨੇ ਵਾਲੇ ਦੀਆਂ ਸੱਚੀਆਂ ਹੀ ਯਾਰੀਆਂ ਨੇ।